ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਅਤੇ ਬੈਲ ਦੇ ਆਈਕਨ 'ਤੇ ਕਲਿੱਕ ਕਰੋ ਤਾਂ ਜੋ ਸਾਡੀ ਵੀਡੀਓ ਪਹੁੰਚ ਸਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ। ਹੈਲੋ ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਆਉਣ ਵਾਲੀ ਨਵੀਂ ਪੰਜਾਬੀ ਫਿਲਮ ਲਾਟੂ ਬਾਰੇ। ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਦੇਸੀ ਪੰਜਾਬੀ ਸਵੈਗ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਕਿਉਂਕਿ ਅਸੀਂ ਇੱਦਾਂ ਦੀ ਵੀਡੀਓਸ ਲਿਆਉਂਦੇ ਰਹਿੰਦੇ ਹਾਂ। ਚਲੋ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਇਹ ਵੀਡੀਓ। ਲਾਟੂ, ਗਗਨ ਕੋਕਰੀ ਜੀ ਇਸ ਫਿਲਮ ਤੋਂ ਬੋਲੀਵੁੱਡ ਵਿੱਚ ਆਪਣਾ ਡੈਬਿਊ ਕਰਨ ਜਾ ਰਹੇ ਹਨ ਅਤੇ ਇਹਨਾਂ ਦੇ ਓਪੋਜ਼ਿਟ ਨਜ਼ਰ ਆਵੇਗੀ ਅਦਿੱਤੀ ਸ਼ਰਮਾ, ਜੋ ਅੰਗਰੇਜ਼ ਅਤੇ ਸੂਬੇਦਾਰ ਜੋਗਿੰਦਰ ਸਿੰਘ ਵਰਗੀ ਹਿੱਟ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਇਸ ਫਿਲਮ ਦੇ ਟ੍ਰੇਲਰ ਨੂੰ ਸਾਗਾ ਮਿਊਜ਼ਿਕ ਦੇ ਓਫਿਸ਼ੀਅਲ ਯੂਟਿਊਬ ਚੈਨਲ 'ਤੇ 26 ਅਕਤੂਬਰ ਨੂੰ ਰਿਲੀਜ਼ ਕੀਤਾ ਗਿਆ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਮਾਨਵ ਸ਼ਾਹ ਜੀ ਨੇ ਅਤੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਜਗਮੀਤ ਸਿੰਘ ਨੇ ਅਤੇ ਇਸ ਫਿਲਮ ਨੂੰ ਪ੍ਰਜੈਂਟ ਕਰਨਗੇ ਫਾਇਰਡ ਐਂਟਰਟੇਨਮੈਂਟ ਅਤੇ ਨਿਊ ਐਰਾ ਮੂਵੀ। ਜੇਕਰ ਇਸ ਫਿਲਮ ਦੀ ਸਟੋਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਵਿੱਚ 1952 ਦਾ ਜ਼ਮਾਨਾ ਦਿਖਾਇਆ ਗਿਆ ਹੈ, ਜੋ ਸਾਨੂੰ ਇਸ ਪੋਸਟਰ ਤੋਂ ਪਤਾ ਚੱਲਦਾ ਹੈ। ਇਹ ਪੋਸਟਰ ਜੁਗਨੀ ਫਿਲਮ ਦਾ ਹੈ ਜੋ 1952 ਵਿੱਚ ਆਈ ਸੀ। ਉਸ ਟਾਈਮ ਬਿਜਲੀ ਬਹੁਤ ਘੱਟ ਪਿੰਡਾਂ ਤੱਕ ਹੀ ਪਹੁੰਚੀ ਸੀ। ਜਿਨ੍ਹਾਂ ਦੇ ਪਿੰਡ ਵਿੱਚ ਬਿਜਲੀ ਪਹੁੰਚ ਚੁੱਕੀ ਸੀ ਉਹ ਉਹਨਾਂ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੁੰਦੀ ਸੀ। ਗਗਨ ਕੋਕਰੀ ਦੇ ਕਰੈਕਟਰ ਦਾ ਨਾਮ ਹੈ ਸ਼ੋਰ, ਜਿਸ ਨੂੰ ਅਦਿੱਤੀ ਸ਼ਰਮਾ ਨਾਲ ਪਿਆਰ ਹੋ ਜਾਂਦਾ ਹੈ ਅਤੇ ਗਗਨ ਕੋਕਰੀ ਦੇ ਪਿਤਾ ਸਰਦਾਰ ਸੋਹੀ ਅਤੇ ਅਦਿੱਤੀ ਸ਼ਰਮਾ ਦੇ ਪਿਤਾ ਆਸ਼ੀਸ਼ ਦੁੱਗਲ ਦੇ ਵਿਚਕਾਰ ਦੁਸ਼ਮਣੀ ਹੁੰਦੀ ਹੈ। ਅੱਜ ਦੇਖਾਂਗੇ ਨਵਾਂ ਹੀ ਮੁਕਾਬਲਾ ਜਿਹੜਾ ਸਾਡੇ ਸਲੇਮਪੁਰੀ ਸਰਦਾਰ ਤੇ ਦੋਦੜੇ ਵਾਲੇ ਸਰਦਾਰਾਂ ਨੇ ਸ਼ੁਰੂ ਕੀਤਾ ਤੇ ਮੁਕਾਬਲਾ ਹੁਣ ਮੁੱਛਦਾ। ਕਿਉਂ ਗੱਜਣਾ, ਗੱਡ ਤਾਂ ਨਾ ਖੜਾ ਹੀ ਧਰਤੀ 'ਚ। ਤੇ ਗਗਨ ਕੋਕਰੀ ਜੀ ਅਦਿੱਤੀ ਸ਼ਰਮਾ ਦੇ ਘਰ ਆਪਣਾ ਰਿਸ਼ਤਾ ਲੈ ਕੇ ਜਾਂਦੇ ਹਨ, ਜਿੱਥੇ ਅਦਿੱਤੀ ਸ਼ਰਮਾ ਦੇ ਪਿਤਾ ਗਗਨ ਕੋਕਰੀ ਦੇ ਪਿਤਾ ਦਾ ਮਜ਼ਾਕ ਉਡਾਉਂਦੇ ਹੋਏ ਕਹਿੰਦੇ ਹਨ, ਜਲਾਓ ਇਹਨੂੰ ਲਾਟੂ ਕਹਿੰਦੇ ਨੇ ਤੇ ਇੱਜ਼ਤ ਮਾਣਾ ਚੀਜ਼ਾਂ ਨਾਲ ਹੁੰਦੀ ਹੈ, ਆ ਮੁੱਛਾਂ ਨਾਲ ਹੀ ਹੁੰਦੀ। ਇਹ ਸੁਣ ਕੇ ਸਰਦਾਰ ਸੋਹੀ ਜੀ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਉੱਥੋਂ ਚਲੇ ਜਾਂਦੇ ਹਨ। ਗਗਨ ਕੋਕਰੀ ਜੀ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਅਤੇ ਗਗਨ ਕੋਕਰੀ ਜੀ ਅਦਿੱਤੀ ਸ਼ਰਮਾ ਦੇ ਪਿਤਾ ਨੂੰ ਚੈਲੰਜ ਕਰਦੇ ਹਨ ਕਿ ਜੇ ਮੈਂ 3 ਮਹੀਨੇ ਦੇ ਅੰਦਰ ਅੰਦਰ ਆਪਣੇ ਪਿੰਡ ਬਿਜਲੀ ਲੈ ਕੇ ਆ ਗਿਆ ਤੁਸੀਂ ਆਪਣੀ ਕੁੜੀ ਦਾ ਵਿਆਹ ਮੇਰੇ ਨਾਲ ਕਰੋਗੇ। ਤਾਂ ਆਸ਼ੀਸ਼ ਦੁੱਗਲ ਜੀ ਇਹ ਚੈਲੰਜ ਮਨਜ਼ੂਰ ਕਰ ਲੈਂਦੇ ਹਨ। ਇੱਥੋਂ ਸ਼ੁਰੂ ਹੁੰਦੀ ਹੈ ਗਗਨ ਕੋਕਰੀ ਦੀ ਆਪਣੇ ਪਿੰਡ ਬਿਜਲੀ ਲਗਵਾਉਣ ਦੀ ਜੱਦੋਜਹਿਦ ਅਤੇ ਬਿਜਲੀ ਮਹਿਕਮੇ ਦੇ ਮੇਨ ਅਫਸਰ ਦੇ ਰੋਲ ਵਿੱਚ ਨਜ਼ਰ ਆਉਣਗੇ ਰਾਹੁਲ ਜੁੰਗਲ ਜੀ, ਜੋ ਸਰਦਾਰ ਮੁਹੰਮਦ ਫਿਲਮ ਵਿੱਚ ਵੀ ਨਜ਼ਰ ਆ ਚੁੱਕੇ ਹਨ ਅਤੇ ਇਹਨਾਂ ਨੂੰ ਵੀ ਅਦਿੱਤੀ ਸ਼ਰਮਾ ਨਾਲ ਪਿਆਰ ਹੋ ਜਾਂਦਾ ਹੈ ਅਤੇ ਇਹ ਵੀ ਅਦਿੱਤੀ ਸ਼ਰਮਾ ਨਾਲ ਵਿਆਹ ਕਰਾਉਣਾ ਚਾਹੁੰਦੇ ਹਨ। ਤੋਹਫੇ ਤੌਰ 'ਤੇ ਚਵਾਰ 'ਚ ਲੱਟ ਲਵਾਤਾ ਹੈ ਖਾਸ ਤੁਹਾਡੇ ਲਈ। ਜਿਸ ਤੋਂ ਗਗਨ ਕੋਕਰੀ ਦੀਆਂ ਮੁਸੀਬਤਾਂ ਹੋਰ ਵੱਧ ਜਾਂਦੀਆਂ ਹਨ ਅਤੇ ਇਹ ਦੇਖਣਾ ਬੜਾ ਹੀ ਇੰਟਰਸਟਿੰਗ ਹੋਵੇਗਾ ਕਿ ਗਗਨ ਕੋਕਰੀ ਜੀ ਆਪਣੇ ਪਿੰਡ ਬਿਜਲੀ ਕਿਵੇਂ ਲਗਵਾਉਂਦੇ ਹਨ। ਇਸ ਫਿਲਮ ਵਿੱਚ ਲਵ ਸਟੋਰੀ ਦੇ ਨਾਲ ਨਾਲ ਤੁਹਾਨੂੰ ਕੋਮੇਡੀ ਵੀ ਦੇਖਣ ਨੂੰ ਮਿਲੇਗੀ ਅਤੇ ਇਸ ਫਿਲਮ ਦਾ ਕੰਸੈਪਟ ਬਿਲਕੁਲ ਵੱਖਰਾ ਹੈ। ਇਸ ਤੋਂ ਇਲਾਵਾ ਫਿਲਮ ਵਿੱਚ ਤੁਹਾਨੂੰ ਨਜ਼ਰ ਆਉਣਗੇ ਕਰਮਜੀਤ ਅਨਮੋਲ, ਹਾਰਵੀ ਸਾਂਗਾ, ਅਨੀਤਾ ਦੇਵਗਨ, ਨਿਸ਼ਾ ਬਾਨੋ, ਪ੍ਰਿੰਸ ਕਨਵਲਜੀਤ ਸਿੰਘ ਅਤੇ ਮਲਕੀਤ ਰੋਣੀ ਜੀ। ਤੁਸੀਂ ਇਹ ਫਿਲਮ ਆਪਣੀ ਫੈਮਿਲੀ ਨਾਲ ਦੇਖਣ ਜਾ ਸਕਦੇ ਹੋ। ਜੇਕਰ ਫਿਲਮ ਦੇ ਰਿਵਿਊ ਦੀ ਗੱਲ ਕੀਤੀ ਜਾਵੇ ਤੁਸੀਂ ਸਾਨੂੰ ਕਮੈਂਟ ਵਿੱਚ ਦੱਸੋ ਤੁਸੀਂ ਇਸ ਫਿਲਮ ਦੇ ਟ੍ਰੇਲਰ ਨੂੰ ਕਿੰਨੇ ਸਟਾਰ ਦਿਓਗੇ। ਜੇਕਰ ਤੁਸੀਂ ਇਸ ਫਿਲਮ ਦਾ ਟ੍ਰੇਲਰ ਹਾਲੇ ਤੱਕ ਵੀ ਨਹੀਂ ਦੇਖਿਆ ਹੈ ਤਾਂ ਅਸੀਂ ਡਿਸਕ੍ਰਿਪਸ਼ਨ ਵਿੱਚ ਉਸਦਾ ਲਿੰਕ ਦੇ ਦਿੱਤਾ ਹੈ, ਤੁਸੀਂ ਦੇਖ ਸਕਦੇ ਹੋ। ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਕਿਉਂਕਿ ਤੁਹਾਡੇ ਇੱਕ ਲਾਈਕ ਕਰਨਾ ਸਾਡਾ ਹੌਸਲਾ ਵੱਧਦਾ ਹੈ ਅਤੇ ਇੱਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਵੀ ਜ਼ਰੂਰ ਫੋਲੋ ਕਰੋ, ਜਿੱਥੇ ਅਸੀਂ ਚੈਨਲ ਦੇ ਰਿਲੇਟਡ ਨਵੇਂ ਅਪਡੇਟਸ ਪਾਉਂਦੇ ਰਹਿੰਦੇ ਹਾਂ। ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ।